ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਨੋਟਬੰਦੀ ਹੋਣ ਜਾ ਰਹੀ ਹੈ। ਨੋਟਬੰਦੀ ਦੇ ਪਹਿਲਾਂ ਵੀ ਕਈ ਤਰ੍ਹਾਂ ਦੇ ਪ੍ਰਭਾਵ ਪਏ ਸੀਗੇ, ਲੋਕ ਲਾਈਨਾਂ ਦੇ ਵਿੱਚ ਖੜੇ ਨਜ਼ਰ ਆਏ ਸੀ, ਪਰ ਡਰਨ ਦੀ ਲੋੜ ਨਹੀਂ, ਨੋਟਬੰਦੀ ਸਾਡੇ ਦੇਸ਼ ਵਿੱਚ ਨਹੀਂ ਹੋਣ ਜਾ ਰਹੀ, ਨੋਟਬੰਦੀ ਪਾਕਿਸਤਾਨ ਦੇ ਵਿੱਚ ਹੋਣ ਜਾ ਰਹੀ ਹੈ। ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਉੱਥੋਂ ਦੀ ਕਰੰਸੀ ਬਦਲ ਦਿੱਤੀ ਜਾਵੇਗੀ। ਪਹਿਲਾਂ ਜਿਸ ਤਰ੍ਹਾਂ ਤੁਸੀਂ ਕਾਗਜ਼ੀ ਰੁਪਈਏ ਦੇਖਦੇ ਹੋ, ਉਹ ਉੱਥੇ ਹੁਣ ਨਹੀਂ ਹੋਣਗੇ, ਉੱਥੇ ਪੋਲੀਮਰ ਪਲਾਸਟਿਕ ਦੇ ਨੋਟ ਚੱਲਣਗੇ। ਪਰ ਉੱਥੋਂ ਦੀ ਸਰਕਾਰ ਨੇ ਇੱਕ ਸਬਕ ਜ਼ਰੂਰ ਲਿਆ ਭਾਰਤ ਸਰਕਾਰ ਤੋਂ। ਭਾਰਤ ਸਰਕਾਰ ਨੇ ਜਿਸ ਤਰ੍ਹਾਂ ਅਚਾਨਕ ਰਾਤ ਵੇਲੇ ਐਲਾਨ ਕਰਤਾ ਸੀ ਕਿ ਕੱਲ੍ਹ ਤੋਂ ਇਹ ਨੋਟ ਨਹੀਂ ਚੱਲਣੇ, ਤਾਂ ਇਹਨਾਂ ਨੇ ਇੰਨਾ ਕੁ ਸਬਕ ਜ਼ਰੂਰ ਲਿਆ ਕਿ ਕਹਿੰਦੇ 5 ਸਾਲ ਤੱਕ ਪੁਰਾਣੇ ਨੋਟ ਬਾਜ਼ਾਰ ਦੇ ਵਿੱਚ ਚੱਲਦੇ ਰਹਿਣਗੇ, ਹੌਲੀ ਹੌਲੀ ਅਸੀਂ ਉਹਨੂੰ 5 ਸਾਲਾਂ ਦੇ ਵਕਫੇ ਦੇ ਵਿੱਚ ਬਾਹਰ ਕੱਢਣੇ ਸ਼ੁਰੂ ਕਰ ਦਾਂਗੇ, ਅਤੇ ਜਿਹੜੀ ਗਿਣਤੀ ਆ ਉਹ ਪਲਾਸਟਿਕ ਦੇ ਨੋਟਾਂ ਦੀ ਵੱਧ ਜਾਵੇਗੀ। ਉੱਥੋਂ ਦੇ ਗਵਰਨਰ ਨੇ ਪਾਕਿਸਤਾਨ ਦੇ ਜਮੀਲ ਅਹਿਮਦ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੋਟ ਨੇ ਇਹ ਕਾਫੀ ਸਹੀ ਤਰੀਕੇ ਦੇ ਹੋਣਗੇ। ਇੱਕ ਤਾਂ ਇਹਨਾਂ ਦੀ ਲਾਈਫ ਜ਼ਿਆਦਾ ਹੋਊਗੀ, ਇਹਦੇ ਉੱਤੇ ਹੋਲੋਗ੍ਰਾਮ ਵਗੈਰਾ ਹੋਊਗਾ, ਅਤੇ ਇੱਕ ਡੁਪਲੀਕੇਸੀ ਹੁੰਦੀ ਆ, ਨਕਲੀ ਨੋਟ ਤਿਆਰ ਹੋ ਜਾਂਦੇ ਨੇ, ਉਹ ਤਿਆਰ ਕਰਨਾ ਕਿਸੇ ਦੇ ਵੱਸ ਦਾ ਰੋਗ ਨਹੀਂ ਹੋਵੇਗਾ। ਅਤੇ ਵੈਸੇ ਵੀ ਪਾਕਿਸਤਾਨ ਆਰਥਿਕ ਸੰਕਟ ਦੇ ਵਿੱਚੋਂ ਨਿਕਲ ਰਿਹਾ ਹੈ, ਪਿੱਛੇ ਜੇ ਆਟੇ ਨੂੰ ਲੈ ਕੇ ਲੜਾਈਆਂ ਹੁੰਦੀਆਂ ਨਜ਼ਰ ਆਈਆਂ ਪਾਕਿਸਤਾਨ ਦੇ ਵਿੱਚ, ਤਾਂ ਦੂਜੇ ਪਾਸੇ ਹੁਣ ਜੇਕਰ ਉੱਥੇ ਨੋਟਬੰਦੀ ਹੋ ਰਹੀ ਆ, ਪਰ ਫਿਰ ਵੀ ਸਰਕਾਰ ਨੇ ਲੋਕਾਂ ਬਾਰੇ ਥੋੜ੍ਹਾ ਜਿਹਾ ਸੋਚ ਜ਼ਰੂਰ ਲਿਆ ਕਿ ਜਿਹੜੇ ਨੋਟ ਨੇ ਅਚਾਨਕ ਬੰਦ ਨਹੀਂ ਕੀਤੇ ਜਾਣਗੇ। ਅਤੇ ਹੈਰਾਨੀ ਦੀ ਗੱਲ ਇੱਕ ਹੋਰ ਤੁਹਾਨੂੰ ਦੱਸੀਏ ਪਾਕਿਸਤਾਨ ਬਾਰੇ, ਪਾਕਿਸਤਾਨ ਦੇ ਵਿੱਚ 5,000 ਦਾ ਨੋਟ ਵੀ ਚੱਲਦਾ ਹੈ। ਨੋਟ ਉੱਥੋਂ ਦੇ ਨੇ ਜਿਹੜੇ ਉਹ 10 ਰੁਪਈਏ ਤੋਂ ਲੈ ਕੇ 5,000 ਤੱਕ ਦੇ ਨੇ। 10 ਰੁਪਈਏ ਦਾ ਨੋਟ, 50 ਰੁਪਈਏ ਦਾ ਨੋਟ, 500 ਦਾ, 1,000 ਦਾ ਅਤੇ 5,000 ਦਾ। 5,000 ਦਾ ਨੋਟ ਕਿਸ ਪਰਪਜ਼ ਵਾਸਤੇ ਵਰਤਿਆ ਜਾਂਦਾ ਹੈ, ਕਿਹੜੇ ਲੋਕਾਂ ਕੋਲ ਹੁੰਦਾ ਹੈ, ਜਾਂ ਕਿਹੜੇ ਲੋਕਾਂ ਦੀ ਪਹੁੰਚ ਦੇ ਵਿੱਚ ਹੁੰਦਾ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਪਰ 5,000 ਦਾ ਨੋਟ ਵੀ ਉੱਥੇ ਪਾਕਿਸਤਾਨ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਹੈ। ਅਤੇ ਜਿਹੜੇ ਪੋਲੀਮਰ ਪਲਾਸਟਿਕ ਦੇ ਨੋਟ ਨੇ, ਇਹਨਾਂ ਦੇ ਉੱਤੇ ਵੀ ਕਾਫੀ ਰਿਸਰਚ ਹੋਈ ਹੈ। ਇਹਨਾਂ ਨੂੰ 1998 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ, ਅਤੇ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਲਗਾਤਾਰ ਚੱਲ ਰਹੇ ਨੇ। 40 ਦੇਸ਼ ਪਲਾਸਟਿਕ ਦੇ ਨੋਟਾਂ ਨੂੰ ਅਪਣਾ ਚੁੱਕੇ ਨੇ। ਇੱਕ ਤਾਂ ਇਹ ਭੇਜਣ ਦੇ ਨਾਲ ਖਰਾਬ ਨਹੀਂ ਹੁੰਦੇ, ਦੂਸਰਾ ਇਹਨਾਂ ਦੀ ਡੁਪਲੀਕੇਸੀ ਜਲਦੀ ਨਹੀਂ ਹੁੰਦੀ, ਕਿਉਂਕਿ ਉਹ ਜਿਹੀ ਪਲਾਸਟਿਕ ਅਵੇਲੇਬਲ ਨਹੀਂ ਹੁੰਦੀ, ਪ੍ਰਿੰਟਿੰਗ ਵਾਸਤੇ ਉਨੀਆਂ ਮਸ਼ੀਨਾਂ ਜਾਂ ਪ੍ਰਿੰਟਰ ਨਹੀਂ ਹੁੰਦੇ ਜਿਹੜੇ ਕਾਗਜ਼ੀ ਕਰੰਸੀ ਨੂੰ ਪ੍ਰਿੰਟ ਕਰ ਸਕਦੇ ਹੋਣ। ਇਸ ਕਰਕੇ ਸੁਰੱਖਿਆ ਦੇ ਲਿਹਾਜ਼ ਤੋਂ ਇਹ ਨੋਟ ਸਹੀ ਮੰਨੇ ਜਾਂਦੇ ਨੇ। 40 ਦੇਸ਼ਾਂ ਦੇ ਵਿੱਚ ਸਫਲਤਾਪੂਰਵਕ ਇਹਨਾਂ ਨੋਟਾਂ ਨੂੰ ਵਰਤਿਆ ਜਾਂਦਾ ਹੈ। ਅਤੇ ਸਾਡੇ ਜਿਹੜੇ ਭਾਰਤ ਦੇ ਵਿੱਚ ਨੋਟ ਨੇ, ਉਹ ਵੀ ਕਾਫੀ ਚੀਜ਼ਾਂ ਨੂੰ ਮਿਕਸ ਕਰਕੇ ਬਣਦੇ ਨੇ, ਉਹਦੇ ਵਿੱਚ ਥੋੜ੍ਹਾ ਬਹੁਤਾ ਕਾਟਨ ਦਾ ਵੀ ਯੋਗਦਾਨ ਹੁੰਦਾ ਹੈ, ਤਾਂ ਜੋ ਜਲਦੀ ਉਹ ਨੋਟ ਫਟ ਨਾ ਸਕੇ, ਕਾਗਜ਼ ਵੀ ਉਹਦੇ ਵਿੱਚ ਲੱਗਦਾ ਹੈ। ਪਰ ਜਦੋਂ ਸਾਡੇ ਨੋਟਬੰਦੀ ਹੋਈ ਸੀਗੀ ਨਵੰਬਰ ਦੇ ਮਹੀਨੇ ਦੇ ਵਿੱਚ 2016 ਦੇ ਵਿੱਚ, ਤਾਂ ਉਸ ਨੋਟਬੰਦੀ ਨੇ ਸਭ ਨੂੰ ਹੈਰਾਨ ਕਰਤਾ ਸੀ। ਲੋਕ ਲਾਈਨਾਂ ਦੇ ਵਿੱਚ ਲੱਗ ਕੇ ਲੜਦੇ ਹੋਏ ਨਜ਼ਰ ਆਏ ਸੀ, ਲੋਕਾਂ ਦੇ ਖਾਤਿਆਂ 'ਚ ਪਏ ਪੈਸੇ ਹੀ ਇੱਕ ਤਰ੍ਹਾਂ ਨਾਲ ਫਰੀਜ਼ ਹੋ ਗਏ ਸੀ, ਅਤੇ 2,000 ਦਾ ਨੋਟ ਵੀ ਚੱਲਿਆ ਨਵਾਂ। ਪਰ 2,000 ਦਾ ਨੋਟ ਕਿੱਧਰ ਗਿਆ ਅਜੇ ਤੱਕ ਕਿਸੇ ਨੂੰ ਨਹੀਂ ਪਤਾ, ਹੌਲੀ ਹੌਲੀ ਕਰਦਿਆਂ ਉਹ ਨੋਟ ਚੱਲਣ ਦੇ ਵਿੱਚ ਨਹੀਂ ਆਇਆ। 500 ਤੱਕ ਹੀ ਕਰੰਸੀ ਸਾਡੀ ਸੀਮਿਤ ਰਹਿ ਗਈ, ਹਾਲਾਂਕਿ ਸਿੱਕੇ ਵਗੈਰਾ ਕਾਫੀ ਵੱਡੀ ਅਮਾਊਂਟ ਦੇ 100-100, 200-200 ਰੁਪਈਏ ਦੇ ਹਰ ਵਾਰ ਜਾਰੀ ਕੀਤੇ ਜਾਂਦੇ ਨੇ, ਉਹ ਵੀ ਲੋਕਾਂ ਦੀ ਪਹੁੰਚ ਦੇ ਵਿੱਚ ਨਹੀਂ ਹੁੰਦੇ। 20 ਰੁਪਈਏ ਦਾ ਸਿੱਕਾ ਵੀ ਬਹੁਤ ਘੱਟ ਲੋਕਾਂ ਤੱਕ ਪਹੁੰਚਿਆ ਸੀਗਾ, ਹਾਲਾਂਕਿ 10 ਰੁਪਏ ਦਾ ਸਿੱਕਾ ਸਾਡੇ ਭਾਰਤ ਦੇ ਵਿੱਚ ਚੱਲਦਾ ਹੈ। ਪਰ ਨੋਟਬੰਦੀ ਦੇ ਜਿਹੜੇ ਪ੍ਰਭਾਵ ਸੀ ਉਸ ਮਹੀਨੇ ਨੂੰ, ਨਵੰਬਰ ਨੂੰ ਯਾਦ ਕਰਕੇ ਹੁਣ ਵੀ ਲੋਕ ਕਾਫੀ ਵਿਚਲਿਤ ਹੋ ਜਾਂਦੇ ਨੇ ਕਿ ਯਾਰ ਇੱਕਦਮ ਸਾਡੇ ਪੈਸੇ ਸਾਡੇ ਤੋਂ ਖੋਹ ਲਏ ਗਏ। ਹਾਲਾਂਕਿ ਇਹਨੂੰ ਕਾਲਾ ਧਨ ਵਾਪਸ ਲਿਆਉਣ ਵਾਸਤੇ ਕਿਹਾ ਗਿਆ ਸੀਗਾ, ਅਤੇ ਵਿਰੋਧੀ ਅਜੇ ਤੱਕ ਸਵਾਲ ਖੜੇ ਕਰਦੇ ਨੇ ਕਿ ਕਿਹੜਾ ਕਾਲਾ ਧਨ ਵਾਪਸ ਲਿਆਂਦਾ, ਕਿਹੜੇ ਕਾਲੇ ਧਨ ਨੂੰ ਵਾਪਸ ਲਿਆ ਕੇ ਡਿਵੈਲਪਮੈਂਟ ਕੀਤੀ ਗਈ ਆ, ਉਹ ਅੰਕੜੇ ਸਾਨੂੰ ਦਿੱਤੇ ਜਾਣ। ਪਰ ਹੁਣ ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਕਿ ਹੌਲੀ ਹੌਲੀ ਕਰਦਿਆਂ ਅਸੀਂ ਪੁਰਾਣੇ ਨੋਟ ਕੱਢ ਦਿਆਂਗੇ, ਨਵੇਂ ਨੋਟ ਸ਼ਾਮਿਲ ਕਰ ਲਏ ਜਾਣਗੇ। ਅਤੇ ਕਾਬਲੇ ਤਾਰੀਫ ਇਸ ਕਰਕੇ ਉਹ ਫੈਸਲਾ ਕਿ
ਜਿਹੜੇ ਨੋਟ ਨੇ ਉਹ 5 ਸਾਲ ਲਗਾਤਾਰ ਚੱਲਦੇ ਰਹਿਣਗੇ। 5 ਸਾਲਾਂ ਦਾ ਸਮਾਂ ਪਾਕਿਸਤਾਨ ਦੀ ਜਨਤਾ ਨੂੰ ਦੇ ਦਿੱਤਾ ਗਿਆ ਤਾਂ ਜੋ ਲੋਕਾਂ ਦੇ ਵਿੱਚ ਹਾਹਾਕਾਰ ਨਾ ਮਚੇ, ਲੋਕ ਜ਼ਿਆਦਾ ਬੇਹਾਲ ਨਾ ਹੋਣ, ਬੈਂਕਾਂ ਦੇ ਬਾਹਰ ਕਤਾਰਾਂ ਨਾ ਲੱਗਣ। ਤਾਂ ਪਾਕਿਸਤਾਨ ਸਰਕਾਰ ਹੁਣ ਨੋਟਬੰਦੀ ਕਰਨ ਜਾ ਰਹੀ ਹੈ, ਪਰ 5 ਸਾਲ ਦੇ ਦਰਮਿਆਨ ਹੀ ਪਲਾਸਟਿਕ ਦੇ ਨੋਟ ਉੱਥੇ ਚਾਲੂ ਕਰ ਦਿੱਤੇ ਜਾਣਗੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।